ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਰੂਹ ਵਿੱਚ ਵਸਦਾ ਰਿਹਾ ਹੈ। ਡੰਡੇ ਅਕਾਲੀ ਦਲ ਦੀ ਰੂਹ ਵਿੱਚ ਲੋਕ ਵਸਦੇ ਰਹੇ ਸਨ। ਡੰਡੀ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਲੋਕਾਂ ਦੀ ਰੂਹ ਤੋਂ ਲਗਾਤਾਰ ਦੂਰ ਹੁੰਦਾ ਗਿਆ ਹੈ। ਡੰਡੀ ਲੋਕਾਂ ਦਾ ਅਕਾਲੀ ਦਲ ਤੋਂ ਭਰੋਸਾ ਤਿੜਕਣ ਨਾਲ ਦੂਰੀਆਂ ਹੋਰ ਵਧੀਆਂ ਹਨ। ਡੰਡੀ ਲੋੜ ਲੋਕਾਂ ਵਿੱਚ ਟੁੱਟਿਆ ਵਿਸ਼ਵਾਸ ਪੈਦਾ ਕਰਨ ਦੀ ਹੈ, ਪਰ ਅਕਾਲੀ ਦਲ ਲੀਡਰਸ਼ਿਪ ਬਦਲਣ ਨੂੰ ਲੈ ਕੇ ਆਪਸ ਵਿੱਚ ਉਲਝ ਕੇ ਰਹਿ ਗਿਆ। ਡੰਡੀ ਇਹ ਉਹੋ ਜਿਹੀ ਗੱਲ ਹੈ ਜਿਵੇਂ ਕਿਸੇ ਦੇ ਚਿਹਰੇ ਉੱਤੇ ਧੂੜ ਜੰਮੀ ਹੋਵੇ, ਪਰ ਉਹ ਕੱਪੜਾ ਸ਼ੀਸ਼ੇ ਤੇ ਫੇਰਦਾ ਰਹੇ। ਡੰਡੀ ਸ਼੍ਰੋਮਣੀ ਅਕਾਲੀ ਦਲ ਅੰਦਰ ਸੰਕਟ ਤਾਂ ਪਹਿਲਾਂ ਵੀ ਉੱਠਦੇ ਰਹੇ ਹਨ, ਪਰ ਹੁਣ ਜਿੰਨਾ ਡੂੰਘਾ ਨਹੀਂ ਸੀ ਹੋਇਆ। ਡੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧੀ ਖੇਮਾ ਉਹਨਾਂ ਨੂੰ ਲਾਂਭੇ ਕਰਨ ਲਈ ਬਜਿੱਦ ਹੈ, ਜਦ ਕਿ ਉਹ ਕੁਰਸੀ ਨਾਲ ਚਿੰਬੜੇ ਰਹਿਣਾ ਚਾਹੁੰਦੇ ਹਨ। ਡੰਡੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਟਕਰਾਅ ਪੈਦਾ ਹੁੰਦਾ ਰਿਹਾ ਹੈ, ਪਰ ਇੱਕ ਤਾਂ ਉਹ ਮੌਕਾ ਸੰਭਾਲਣ ਦੇ ਮਾਹਿਰ ਸਨ, ਦੂਸਰਾ ਉਦੋਂ ਇੰਨੇ ਲੰਮੇ ਸਮੇਂ ਲਈ ਸੱਤਾ ਤੋਂ ਦੂਰੀ ਨਹੀਂ ਸੀ ਬਣੀ। ਡੰਡੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਰੂਹ ਵਿੱਚ ਵਸਦਾ